ਸਤ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਟ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਅੱਜ ਤੁਹਾਡੇ ਲਈ ਇੱਕ ਨਵੀਂ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਜਿਸ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੋ ਰਿਕਰੂਟਮੈਂਟ ਨੋਟੀਫਿਕੇਸ਼ਨਸ ਦੇ ਬਾਰੇ ਵਿੱਚ ਜਿਸ ਦੇ ਵਿੱਚ ਅਲੱਗ-ਅਲੱਗ ਵਿਭਾਗ ਵੱਲੋਂ ਦੋ ਰਿਕਰੂਟਮੈਂਟ ਨੋਟੀਫਿਕੇਸ਼ਨ ਕੱਢੀਆਂ ਗਈਆਂ ਨੇ ਇਸ ਦੇ ਵਿੱਚ ਪੂਰੀ ਡਿਟੇਲ ਤੁਹਾਨੂੰ ਦੱਸਾਂਗਾ ਕਿਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਐਲੀਜੀਬਿਲਿਟੀ ਕੀ ਰਹੂਗੀ ਆਫੀਸ਼ੀਅਲ ਲਿੰਕ ਤੁਹਾਨੂੰ ਕਿੱਥੋਂ ਪ੍ਰੋਵਾਈਡ ਹੋਏਗਾ ਤੇ ਕਿਦਾਂ ਤੁਸੀਂ ਚੈੱਕ ਕਰ ਸਕਦੇ ਹੋ ਅਪਲੀਕੇਸ਼ਨ ਮੋਡ ਤੋਂ ਪੂਰਾ ਡਿਟੇਲ ਚੈੱਕ ਕਰਨ ਦੇ ਲਈ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਜਿੰਨ ਤੁਹਾਡੇ ਤੱਕ ਟਾਈਮ ਸਿਰ ਪਹੁੰਚਦਾ ਰਹੇ ਤੇ ਇਸ ਤੋਂ ਇਲਾਵਾ ਸਾਡੀ ਵੈਬਸਾਈਟ ਜੋ ਕਿ www.clori.com ਹੈ ਜਲਦੀ ਨਾਲ ਜਾ ਕੇ ਤੁਸੀਂ ਉੱਥੇ ਵੀ ਚੈੱਕ ਕਰ ਲੋ ਨਵੇਂ ਨਵੇਂ ਰਿਕਰੂਟਮੈਂਟ ਨੋਟੀਫਿਕੇਸ਼ਨ ਅਸੀਂ ਜਿਹੜੇ ਹੈ ਉਹ ਇੱਥੇ ਅਪਡੇਟ ਕਰਦੇ ਹੀ ਰਹਨੇ ਆਂ ਤੁਸੀਂ ਚੈੱਕ ਕਰਕੇ ਜਲਦੀ ਨਾਲ ਅਪਲਾਈ ਕਰ ਲਵੋ ਜੀ ਸੋ ਇਸ ਦੇ ਲਈ ਤੁਹਾਨੂੰ ਦੱਸਣਾ ਚਾਹਣਾ ਹੈ ਜੀ ਅਗਰ ਤੁਸੀਂ ਚਾਹਦੇ ਹੋ ਕਿ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰਨੀ ਉਹਦੇ ਲਈ ਤੁਹਾਨੂੰ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜੇਗਾ ਜਲਦੀ ਨਾਲ ਜਾ ਕੇ ਡਾਊਨਲੋਡ ਕਰੋ ਔਰ ਵੈਬਸਾਈਟ ਤੋਂ ਵੀ ਤੁਹਾਨੂੰ ਜਿਹੜਾ ਉਹ ਮਿਲ ਜਾਵੇਗਾ ਜੀ ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਪਹਿਲੇ ਨੋਟੀਫਿਕੇਸ਼ਨ ਦੇ ਉੱਪਰ ਜਿਹੜਾ ਕਿ ਆਊਟ ਕਰ ਦਿੱਤਾ ਗਿਆ ਹੈ ਪੀ ਟ੍ਰਿਪਲ ਐਚ ਬੀ ਵੱਲੋਂ ਮਤਲਬ ਅਦੀਨ ਚੌਂ ਸੇਵਾਵਾਂ ਬੋਰਡ ਪੰਜਾਬ ਵੱਲੋਂ ਇਸ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲੇ ਡੇਟਸ ਦੀ ਗੱਲ ਕਰ ਲੈਣੀ ਹੈ ਜੀ ਇਸ ਦੇ ਵਿੱਚ ਜਿਹੜਾ ਪਬਲਿਕੇਸ਼ਨ ਹੋਇਆ ਜਿਹੜਾ ਇਹ ਨੋਟੀਫਿਕੇਸ਼ਨ 24 2021 ਨੂੰ ਮਤਲਬ ਅੱਜ ਹੀ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਔਨਲਾਈਨ ਅਪਲਾਈ ਕਰਨਾ 5 4 2021 ਤੋਂ ਸ਼ੁਰੂ ਹੋ ਜਾਏਗਾ ਔਰ ਔਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ 26 4 2021 ਹੈ ਜੋ ਕਿ ਸ਼ਾਮ 5 ਵਜੇ ਤੱਕ ਕਰ ਸਕਦੇ ਹੋ ਫੀਸ ਜਿਹੜੀ ਤੁਸੀਂ ਭਰਨੀ ਆਨਲਾਈਨ OG 29 4 2021 ਤੱਕ ਭਰ ਸਕਦੇ ਹੋ ਇਸ ਦੇ ਵਿੱਚ ਉਹਨਾਂ ਨੇ ਇੱਥੇ ਮੈਂਸ਼ਨ ਕੀਤਾ ਗਿਆ ਹੈ ਕਿ ਇਸ ਦੇ ਵਿੱਚ ਟੋਟਲ ਜਿਹੜੀਆਂ ਭਰਤੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ 750 ਜੋ ਕਿ ਪੰਜਾਬ ਸਰਕਾਰ ਦੇ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਤੋਂ ਪ੍ਰਾਪਤ ਮੰਗ ਪੱਤਰ ਅਸਾਮੀਆਂ ਦਾ ਵਰਗੀਕਰਨ ਅਤੇ ਵਿਭਾਗੀ ਨੀਮਾ ਅਨੁਸਾਰ ਗਰੁੱਪ ਸੀ ਦੀਆਂ ਕੂ ਲਾਇਬ੍ਰੇਰੀਅਨ ਜਿਹੜਾ 750 ਸਾਮੀਆਂ ਭਰਨ ਲਈ ਬੋਰਡ ਦੀ ਵੈਬਸਾਈਟ ਦੇ ਉੱਪਰ ਉਹਨਾਂ ਨੇ ਸਭ ਕੁਝ ਅਪਡੇਟ ਕਰ ਦਿੱਤਾ ਹੈ ਜੋ ਕਿ 5 4 2021 ਤੋਂ ਸਟਾਰਟ ਹੋ ਜਾਵੇਗਾ ਤੇ ਆਨਲਾਈਨ ਅਰਜੀ ਤੁਸੀਂ ਇਹਦੇ ਲਈ ਦੇ ਸਕਦੇ ਹੋ ਇਹਦੇ ਲਈ ਉਹਨਾਂ ਨੇ ਜਿਹੜਾ ਕੈਟਾਗਰੀ ਵਾਈਜ਼ ਜਿਹੜਾ ਹੈ ਪੋਸਟਾਂ ਨੂੰ ਬਾਈਫਰਕੇਟ ਕਰ ਦਿੱਤਾ ਗਿਆ ਹੈ ਉਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜਨਰਲ ਕੈਟਾਗਰੀ ਲਈ 293 ਐਸ ਸੀ ਐਮ ਐਨ ਬੀ ਦੇ ਲਈ 77 एससी आरओ ਦੇ ਲਈ 75 BC 75 ESM ਜਨਰਲ ਦੇ ਲਈ ਜਿਹੜੀ ਨੇ 52 ESM SC ਦੇ ਲਈ 15 ESM SC RO ਦੇ ਲਈ ਜਿਹੜੀਆਂ ਨੇ 15 ਨੇ ਉਸ ਤੋਂ ਬਾਅਦ ਨੈਕਸਟ ਹੈਗੇ ESM BC ਦੇ ਲਈ 15 ਆਰਥੋ ਹੈਂਡੀਕੈਪ ਦੇ ਲਈ 7 ਵਿਜ਼ੂਅਲ ਇੰਪੇਅਰਡ ਦੇ ਲਈ 8 ਹੈਰਿੰਗ ਇੰਪੇਅਰਡ ਦੇ ਲਈ 8 ਇੰਟੈਕਚੁਅਲ ਡਿਸੇਬਲ ਦੇ ਲਈ 7 ਸਪੋਰਟਸ ਜਨਰਲ ਦੇ ਲਈ 15 SC ਸਪੋਰਟਸ ਦੇ ਲਈ 4 SC RO ਸਪੋਰਟਸ ਦੇ ਲਈ 4 ਉਸ ਤੋਂ ਬਾਅਦ ਫਰੀडम फाइਟਰ 7 ਤੇ EWS ਦੇ ਲਈ ਜਿਹੜੀਆਂ ਨੇ 76 ਪੋਸਟਾਂ ਨੇ ਟੋਟਲ ਪੋਸਟਾਂ ਦੀ ਅਗਰ ਅਸੀਂ ਗੱਲ ਕਰੀਏ 750 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸੋ ਇਸ ਦੇ ਵਿੱਚ ਉਹਨਾਂ ਨੇ ਵਰਗੀਕਰਨ ਕੀਤਾ ਹੋਇਆ ਇਹਦੇ ਲਈ ਤੁਹਾਨੂੰ ਜਿਹੜਾ ਹੈ ਸਰਟੀਫਿਕੇਟ ਚਾਹੀਦਾ ਹੋਏਗਾ ਕੈਟਾਗਰੀ ਦਾ ਅਗਰ ਤੁਸੀਂ ਇਹਨਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਔਰ ਜਦੋਂ ਤੁਸੀਂ ਆਨਲਾਈਨ ਅਪਲਾਈ ਕਰੋਗੇ ਉਹਦੇ ਲਈ ਤੁਹਾਨੂੰ ਇੱਕ ਕੋਡ ਮੰਗਿਆ ਜਾਏਗਾ ਜੋ ਕਿ ਕੈਟਾਗਰੀ ਕੋਡ ਹੋਏਗਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਆਪਣੇ ਕੈਟਾਗਰੀ ਕੋਡ ਚੈੱਕ ਕਰਕੇ ਪ੍ਰੋਪਰ ਫਿਲ ਕਰਨਾ ਹੈ ਅਗਰ ਤੁਸੀਂ ਗਲਤ ਕੈਟਾਗਰੀ ਕੋਡ ਫਿਲ ਕਰੋਗੇ ਤਾਂ ਉਹਨੂੰ ਕਿਤੇ ਵੀ ਕਰੈਕਟ ਨਹੀਂ ਕਰ पाओगे ਸੋ ਧਿਆਨ ਨਾਲ ਫਾਰਮ ਫਿਲ ਕਰਦੇ ਹੋਏ ਡਿਟੇਲਸ ਪ੍ਰੋਪਰ ਫਿਲ ਕਰਨੀਆਂ ਨੇ ਤੁਸੀਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਫੁੱਲ ਫਾਰਮਸ ਨੇ ਉਹ ਮੈਂਸ਼ਨ ਕੀਤੀਆਂ ਨੇ ਕੀ ਕਿਹਦੇ ਕੀ ਮਤਲਬ ਹੈ ਉਸ ਤੋਂ ਬਾਅਦ ਇਹਨਾਂ ਲਈ ਜਿਹੜੀ ਹੈ ਕੁਆਲੀਫਿਕੇਸ਼ਨ ਐਜੂਕੇਸ਼ਨ ਦੀ ਅਗਰ ਅਸੀਂ ਗੱਲ ਕਰੀਏ ਤਾਂ ਜਿਹੜੇ ਵੀ ਮੇਰੇ ਵੀਰ ਭਰਾਣਾ ਨੇ 10ਵੀਂ ਤੇ 12ਵੀਂ ਜਿਹੜੀ ਕੀਤੀ 12ਵੀਂ ਸੌਰੀ ਕੀਤੀ ਹੋਈ ਹੈ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਇੰਸਟੀਚਿਊਟ ਤੋਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਔਰ ਇਸ ਦੇ ਵਿੱਚ ਤੁਸੀਂ ਅਗਰ ਡਿਪਲੋਮਾ ਕੋਰਸ ਕੀਤਾ ਹੋਇਆ ਲਾਇਬ੍ਰੇਰੀ ਸਾਇੰਸ ਦੇ ਵਿੱਚ ਤਾਂ ਤੁਹਾਡੇ ਲਈ ਫਾਇਦੇਮੰਦ ਹੈ ਤੁਸੀਂ ਇਹਦੇ ਲਈ ਐਲੀਜੀਬਲ ਹੋ 2 ਸਾਲ ਦਾ ਤੁਸੀਂ ਅਗਰ ਡਿਪਲੋਮਾ ਕੋਰਸ ਕੀਤਾ ਹੈ ਤਾਂ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਅਗਰ ਅ ਇਦੇ ਵਿੱਚ ਤੁਹਾਡੀ ਸੈਲਰੀ 25500 ਜਿਹੜੀ ਹੈ ਪੇ ਸਕੇਲ ਲੈਵਲ 4 ਦੇ ਅਕੋਰਡਿੰਗਲੀ ਰਹੇਗੀ ਔਰ ਇਸ ਦੇ ਵਿੱਚ ਤੁਹਾਨੂੰ ਜਿਹੜੀ ਹੈ ਉਮਰ ਸੀਮਾ ਮਤਲਬ ਤੁਹਾਡੀ ਉਮਰ ਹੱਦ ਜਿਹੜੀ ਹੈ ਉਹਨਾਂ ਨੇ ਕੈਟਾਗਰੀ ਵਾਈਜ਼ ਮੈਂਸ਼ਨ ਕੀਤੀ ਹੈ ਜਨਰਲ ਕੈਟਾਗਰੀ ਦੇ ਲਈ ਜਿਹੜੀ 18 ਤੋਂ 37 ਸਾਲ ਉਸ ਤੋਂ ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀ ਤੇ ਪਛਵੀ ਸ਼੍ਰੇਣੀ ਦੇ ਲਈ 42 ਸਾਲ ਰਾਜ ਤੇ ਕੇਂਦਰੀ ਸਰਕਾਰ ਦੇ ਕਰਮਚਾਰੀਾਂ ਲਈ 45 ਸਾਲ ਅਤੇ ਉਸ ਤੋਂ ਬਾਅਦ ਨੈਕਸਟ ਉਹਨਾਂ ਨੇ ਜਿਹੜਾ ਹੋਰ ਵੀ ਕਈ ਕੈਟਾਗਰੀ ਲਈ ਅਲੱਗ-ਅਲੱਗ ਜਿਹੜੀ ਹੈ ਡੇਟ ਆਫ ਬਰਥ ਦੇ ਲਈ ਰੱਖਿਆ ਹੋਇਆ ਤੁਸੀਂ ਚੈੱਕ ਕਰ ਲੈਣਾ ਉਮਰ ਸੀਮਾ ਕਿੰਨੀ ਹੈ ਉਸ ਤੋਂ ਬਾਅਦ ਨੈਕਸਟ ਜੀ ਤੁਹਾਡੀ ਫੀਸ ਜਿਹੜੀ ਫਿਲ ਕਰਨੀ ਹੈ ਤੁਸੀਂ ਜਨਰਲ ਕੈਟਾਗਰੀ ਦੇ ਲਈ 1000 ਰੁਪਏ ਹਰ ਵਾਰ ਦੀ ਤਰ੍ਹਾਂ ਐਸਸੀ ਐਸਟੀ ਬੀਸੀ ਅਤੇ ਈਡਬਲਯੂਐਸ ਦੇ ਲਈ 250 ਸਾਬਕਾ ਫੌਜੀ 200 ਅੰਗਹੀਨ ਤੇ ਦਿਵਿਆੰਗ ਲੋ ਹੈਂਡੀਕੈਪ ਦੇ ਲਈ 500 ਉਸ ਤੋਂ ਬਾਅਦ ਜਿਹੜਾ ਉਨਾਂ ਨੇ ਰਾਖਵਾ ਕਰਨ ਮਤਲਬ ਰਿਜ਼ਰਵੇਸ਼ਨ ਦੇ ਲਈ ਕੁਝ ਮਹੱਤਵਪੂਰਨ ਹਦਾਇਤਾਂ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ ਉਹ ਤੁਸੀਂ ਚੈੱਕ ਕਰ ਲੈਣਾ ਇਹਦੇ ਵਿੱਚ ਮੈਂਸ਼ਨ ਇਹ ਕੀਤਾ ਹੋਇਆ ਹੈ ਕਿ ਅਗਰ ਤੁਸੀਂ 25 ਸ਼੍ਰੇਣੀ ਜਾਂ ਕਿਸੇ ਰਿਜ਼ਰਵੇਸ਼ਨ ਕੋਟੇ ਤੋਂ ਹੋ ਤਾਂ ਤੁਸੀਂ ਉਹਦੇ ਲਈ ਜਿਹੜਾ ਸਰਟੀਫਿਕੇਟ ਆ ਉਹ ਤੁਹਾਨੂੰ ਦੇਣਾ ਪਏਗਾ ਉਹਦੇ ਵਿੱਚ ਹੁਣ ਤੁਹਾਡਾ ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਕਿੱਦਾਂ ਤੁਹਾਡੀ ਸਿਲੈਕਸ਼ਨ ਹੋਏਗੀ ਤਾਂ ਇਹਦੇ ਵਿੱਚ ਤੁਹਾਡੇ ਜਿਹੜਾ ਇੱਕ ਆਬਜੈਕਟਿਵ ਟਾਈਪ ਲਿਖਤੀ ਟੈਸਟ ਹੋਏਗਾ ਉਸ ਦੇ ਵਿੱਚ ਤੁਹਾਡੇ 40% ਮਾਰਕਸ ਜਿਹੜੇ ਨੇ ਅਗਰ ਹੋਣਗੇ ਤਾਂ ਹੀ ਤੁਸੀਂ ਜਿਹੜੇ ਮੈਰਿਟ ਲਿਸਟ ਲਈ ਕੁਆਲੀਫਾਈਡ ਹੋਵੋਗੇ ਨਹੀਂ ਤੇ ਈਦਰ ਤੁਹਾਨੂੰ ਜਿਹੜਾ ਡਾਇਰੈ ਜੇ 40% ਤੋਂ ਘੱਟ ਤੁਹਾਡੀ ਹੈਗੇ ਨਹੀਂ ਤਾਂ ਇਹ ਅਬਜੈਕਟਿਵ ਟਾਈ ਟੈਸਟ ਹੋਏਗਾ ਇਸ ਰਿਲੇਟਡ ਸਾਰੇ ਤੁਹਾਨੂੰ ਜਿਹੜਾ ਕੋਈ ਵੀ ਤਰ੍ਹਾਂ ਦਾ ਜਿਹੜਾ ਸਿਲੇਬਸ ਹੈ ਉਹ ਤੁਹਾਨੂੰ ਉਹਦੀ ਵੈਬਸਾਈਟ ਤੇ ਮਿਲ ਜਾਏਗਾ ਜੋ ਇਹ ਟਾਈਮ ਟਾਈਮ ਅਪਡੇਟ ਕਰਦੇ ਰਹਿਣਗੇ ਤੇ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਤੁਹਾਨੂੰ ਉਹਦੀ ਵੈਬਸਾਈਟ ਤੇ ਜਾਣਾ ਪਏਗਾ ਜੋ ਕਿ http://ssb.punjab.gov.in ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਜਿੱਦਾਂ ਤੁਹਾਨੂੰ ਦੱਸੀ ਹੈ 26 ਜਨ 2021 ਹੈ 5 ਵਜੇ ਤੱਕ ਜਾ ਕੇ ਤੁਸੀਂ ਜਿਹੜਾ ਹੈ ਜੀ ਉਹ ਅਪਲਾਈ ਕਰ ਲੈਣਾ ਇਹਦੇ ਵਿੱਚ ਕੁਝ ਇੱਕ ਚੀਜ਼ਾਂ ਨੇ ਕਿ ਜਿਹੜੇ ਅਯੋਗ ਕਰਾਰ ਦੇਣ ਅਤੇ ਤੁਹਾਡੇ ਫਾਰਮ ਰੱਦ ਕਿਨ ਕਿਸ ਕੇਸਿਸ ਵਿੱਚ ਹੋ ਸਕਦੇ ਹੈ ਪੂਰੀ ਫੀਸ ਪ੍ਰਾਪਤ ਨਾ ਹੋਣ ਤੇ ਜਿਹੜਾ ਤੁਹਾਨੂੰ ਰਿਜੈਕਟ ਕੀਤਾ ਜਾਏਗਾ ਬਿਨੈ ਪੱਤਰ ਵਿੱਚ ਅਧੂਰੀ ਜਾਣਕਾਰੀ ਜਾਂ ਗਲਤ ਜਾਣਕਾਰੀ ਭਰਨ ਵਾਲੇ ਨੂੰ ਰਿਜੈਕਟ ਕਰ ਦਿੱਤਾ ਜਾਏਗਾ ਔਰ ਆਨਲਾਈਨ ਜਿਹੜਾ ਬਿਨੈ ਪੱਤਰ ਦੀ ਪੂਰੀ ਪ੍ਰਕਿਰਿਆ ਮੁਕੰਮਲ ਨਾ ਕਰਨ ਦੇ ਕੇਸ ਦੇ ਵਿੱਚ ਵੀ ਰਿਜੈਕਟ ਕਰ ਦਿੱਤਾ ਜਾਏਗਾ ਅਤੇ ਹੋਰ ਵੀ ਤਕਨੀਕੀ ਕਾਰਨਾਂ ਕਰਕੇ ਆਨਲਾਈਨ ਫੀਸ ਨਾ ਜਮਾ ਹੋਣ ਤੇ ਵੀ ਤੁਹਾਨੂੰ ਰਿਜੈਕਟ ਕਰ ਦਿੱਤਾ ਜਾਏਗਾ ਬਾਕੀ ਕੰਡੀਸ਼ਨਸ ਤੁਸੀਂ ਇੱਕ ਵਾਰੀ ਜ਼ਰੂਰ ਪੜ ਲੈਣਾ ਠੀਕ ਹੈ ਜੀ ਔਰ ਜਦੋਂ ਤੁਸੀਂ ਅਪਲਾਈ ਕਰਨਾ ਉਹਦੇ ਲਈ ਕੁਝ ਕਾਮਨ ਗਾਈਡਲਾਈਨਸ ਨੇ ਉਹ ਵੀ ਉਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ ਤੁਸੀਂ ਇੱਕ ਵਾਰੀ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜੀ ਸਿੰਪਲੀ ਫਰਸਟ ਸਟੈਪ ਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਕਰਨੀ ਹੈ ਔਰ ਸੈਕਿੰਡ ਸਟੈਪ ਦੇ ਵਿੱਚ ਜਾ ਕੇ ਤੁਸੀਂ ਆਪਣੀ ਜਿਹੜੀ ਹੈ ਆਪਣੀ ਪਰਸਨਲ ਫਿਲ ਇਨਫਰਮੇਸ਼ਨ ਫਿਲ ਕਰਨ ਤੋਂ ਬਾਅਦ ਫੀਸ ਸਬਮਿਟ ਕਰਨੀ ਹੈ ਉਹ ਵੀ ਆਨਲਾਈਨ ਪੇ ਕਰਨੀ ਹੈ ਜੋ ਕਿ ਡੈਬਿਟ ਕਾਰਡ ਕ੍ਰੈਡਿਟ ਕਾਰਡ ਤੇ ਤੁਸੀਂ ਨੈ ਇਸ ਤੋਂ ਬਾਅਦ ਨੈਕਸਟ ਅਸੀਂ ਦੂਜੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਇਹ ਸੈਕੰਡ ਨੋਟੀਫਿਕੇਸ਼ਨ ਹੈ ਜੀ ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਆਫ ਅਰਬਨ ਪਲਾਨਿੰਗ ਵੱਲੋਂ ਜਿਹੜਾ ਹੈ ਕੱਢਿਆ ਗਿਆ ਇਸ ਦੇ ਵਿੱਚ ਇੱਕ ਭਰਤੀ ਹੈ ਲੇਕਿਨ ਫਿਰ ਵੀ ਜਿਹੜੇ ਵੀ ਕੈਂਡੀਡੇਟ ਐਲੀਜੀਬਲ ਹੋਣਗੇ ਮੇਰੇ ਤੋਂ ਤੁਹਾਡਾ ਜਿਹੜਾ ਤੁਹਾਡੇ ਤਾਂ ਜਿਹੜਾ ਨੋਟੀਫਿਕੇਸ਼ਨ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਸੋ ਐਪਲੀਕੇਸ਼ਨ ਇਨਵਾਈਟ ਕੀਤੀ ਗਈ ਹੈ ਨੇ ਸੈਂਟਰਲ ਸਟੇਟ ਗਵਰਨਮੈਂਟ ਵੱਲੋਂ ਜੂਨੀਅਰ ਟੈਰੀਟਰੀ ਵੱਲੋਂ ਇੱਕ ਪੋਸਟ ਫਿਲ ਕਰਨ ਦੀ ਜੋ ਕਿ ਫੈਰੋ ਪ੍ਰਿੰਟਰਸ ਦੀ ਹੈ ਇਸ ਦੇ ਵਿੱਚ ਜਿਹੜਾ ਪੇ ਸਕੇਲ ਤੋੜਾ ਰਹੇਗਾ 5910 ਰੁਪਏ ਤੋਂ ਲੈ ਕੇ 20200 ਪਲੱਸ 1900 ਗ੍ਰੇਡ ਤੇ ਵੀ ਰਹੇਗਾ ਡੈਪਟੋਨ ਡੈਪੂਟੇਸ਼ਨ ਦੇ ਬੇਸਿਸ ਤੇ ਤੁਹਾਡੀ ਜਿਹੜੀ ਹੈ ਭਰਤੀ ਹੋਏਗੀ ਇਸ ਦੇ ਵਿੱਚ ਜਿਹੜੀ ਹੈ ਇਹਦੇ ਐਪਲੀਕੇਸ਼ਨ ਨੂੰ ਜਿਹੜਾ ਮੰਗਿਆ ਗਿਆ ਹੈ ਕਿ ਤੁਸੀਂ ਐਪਲੀਕੇਸ਼ਨ ਜਿਹੜੀ ਡਿਊਲੀ ਕੰਪਲੀਟ 올 ਰਿਸਪੈਕਟਿਬਲ ਤੁਹਾਡੇ ਸਾਰੇ ਚੀਜ਼ਾਂ ਤੁਸੀਂ ਪ੍ਰੋਪਰ ਫਿਲ ਕਰਕੇ ਆਪਣਾ ਸੀਵੀ ਜਿਹੜਾ ਨਾਲ ਅਟੈਚ ਕਰਕੇ ਇਹਨਾਂ ਨੂੰ ਤੁਸੀਂ ਸੈਂਡ ਕਰ ਸਕਦੇ ਹੋ ਔਰ ਇਸ ਦੇ ਵਿੱਚ ਤੁਹਾਨੂੰ ਜਿਹੜਾ ਮੈਂਸ਼ਨ ਕੀਤੀ ਹੋਈ ਹੈ ਡਿਟੇਲ ਹੈ ਤੁਹਾਡੀ ਰਿਕਰੂਟਮੈਂਟ ਦੇ ਰਿਗਾਰਡਿੰਗ ਕੀ ਕੀ ਟਰਮਸ ਐਂਡ ਕੰਡੀਸ਼ਨਸ ਨੇ ਕੁਆਲੀਫਿਕੇਸ਼ਨ ਕੀ ਹੈ ਉਹਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜੋ ਕਿ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਇਹਦੇ ਵਿੱਚ ਉਹਨਾਂ ਨੇ ਬਰੀਫ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਰੱਖਿਆ ਹੋਇਆ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ 60 ਡੇਜ਼ ਦੇ ਅੰਦਰ ਅੰਦਰ ਤੁਸੀਂ ਜਿਹੜੀ ਹੈ ਇਹਦੇ ਲਈ ਭਰਤੀ ਦੇ ਲਈ ਜਿਹੜਾ ਤੁਸੀਂ ਭੇਜਣਾ ਹੈ ਅਪਲੋਡ ਆਪਣਾ ਅਪਲੀਕੇਸ਼ਨ ਫਾਰਮ ਵਿਦ ਇਟ ਆਰ ਰਿਕੁਆਇਰਡ ਡਾਕੂਮੈਂਟਸ ਤੇ ਤੁਸੀਂ ਜਲਦੀ ਨਾਲ ਅਗਰ ਇਹਦੇ ਲਈ ਐਲੀਜੀਬਲ ਹੋ ਚੈੱਕ ਕਰਕੇ ਤੁਸੀਂ ਅਪਲਾਈ ਕਰ ਲੈਣਾ ਜੀ ਇਹ ਸੀਗੇ ਅੱਜ ਦੇ ਨੋਟੀਫਿਕੇਸ਼ਨ ਦੋ ਤੇ ਮੈਂ ਹੁਣ ਤੁਹਾਡੇ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ